ਇੱਕ ਹਫ਼ਤੇ ਪਹਿਲਾਂ ਹੀ ਘਰ ਦੇ ਵਿੱਚ ਚਾਵਾਂ ਦੇ ਨਾਲ ਲਿਆਂਦੇ ਇੱਕ ਏਸੀ ਦੇ ਵਿੱਚ ਬਲਾਸਟ ਹੋ ਗਿਆ, ਜਿਸ ਦੇ ਕਾਰਨ ਘਰ ਦਾ ਸਾਰਾ ਹੀ ਕੀਮਤੀ ਸਮਾਨ ਸੜ ਕੇ ਸਵਾਹ ਹੋ ਗਿਆ। ਤਾਂ ਦੱਸ ਦਈਏ ਕਿ ਇੱਕ ਵਿਅਕਤੀ ਦੇ ਵੱਲੋਂ ਇੱਕ ਹਫ਼ਤਾ ਪਹਿਲਾਂ ਹੀ ਘਰ 'ਚ ਏਸੀ ਲਗਵਾਇਆ ਗਿਆ ਸੀ, ਪਰ ਕਿਹਾ ਜਾ ਰਿਹਾ ਕਿ ਇੱਕ ਹਫ਼ਤਾ ਪਹਿਲਾਂ ਲਿਆਂਦੇ ਹੀ ਏਸੀ ਦੇ ਵਿੱਚ ਬਲਾਸਟ ਹੋ ਗਿਆ। ਹਾਲਾਂਕਿ ਬਲਾਸਟ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਪਰ ਘਰ ਦੇ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਕਿਹਾ ਜਾ ਰਿਹਾ ਕਿ ਫਰਨੀਚਰ ਦੇ ਨਾਲ ਨਾਲ ਜੋ ਅਲਮਾਰੀਆਂ ਦੇ ਵਿੱਚ ਗਹਿਣੇ ਰੱਖੇ ਹੋਏ ਸੀ ਉਹ ਵੀ ਸੜ ਕੇ ਸਵਾਹ ਹੋ ਗਏ ਨੇ। ਉੱਥੇ ਹੀ ਪਰਿਵਾਰ ਦਾ ਇੱਕ ਵੱਡਾ ਨੁਕਸਾਨ ਹੋਇਆ। ਜਿੱਥੇ ਕਿ ਇੱਕ ਘਰ ਦੇ ਵਿੱਚ ਏਸੀ 'ਚ ਬਲਾਸਟ ਹੋਇਆ, ਇੱਕ ਹਫ਼ਤਾ ਪਹਿਲਾਂ ਹੀ ਘਰ ਦੇ ਵਿੱਚ ਇਹ ਨਵਾਂ ਏਸੀ ਲਗਵਾਇਆ ਸੀ, ਜਿਸ ਨੇ ਕਿ ਘਰਦਿਆਂ ਦੀ ਸਾਰੀਆਂ ਉਮੀਦਾਂ ਦੇ ਉੱਤੇ ਹੀ ਪਾਣੀ ਫੇਰ ਦਿੱਤਾ। ਦੱਸ ਦਈਏ ਕਿ ਗਰਮੀ ਤੋਂ ਬਚਣ ਦੇ ਲਈ ਇਸ ਪਰਿਵਾਰ ਦੇ ਵੱਲੋਂ 1-1 ਰੁਪਈਆ ਜੋੜ ਕੇ ਏਸੀ ਲਿਆਂਦਾ ਸੀ, ਪਰ ਏਸੀ ਅਚਾਨਕ ਹੀ ਬਲਾਸਟ ਕਰ ਜਾਂਦਾ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਸਾਰਾ ਹੀ ਘਰ ਦੇ ਵਿੱਚ ਪਿਆ ਸਮਾਨ ਸੜ ਕੇ ਸਵਾਹ ਹੋ ਜਾਂਦਾ। ਤਾਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਜੋ ਘਰ ਦੇ ਅੰਦਰ ਪਿਆ ਸਮਾਨ ਹੈ ਸੜ ਕੇ ਸਵਾਹ ਹੋ ਗਿਆ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਇੱਕ ਵੱਡਾ ਨੁਕਸਾਨ ਹੋਇਆ। ਹਾਲਾਂਕਿ ਕਿਹਾ ਜਾ ਰਿਹਾ ਕਿ ਇਹ ਜੋ ਏਸੀ ਲੱਗਿਆ ਹੋਇਆ ਸੀ ਉਹ ਨੀਚੇ ਦੁਕਾਨ ਸੀ ਅਤੇ ਦੂਸਰੀ ਮੰਜ਼ਿਲ ਦੇ ਉੱਤੇ ਜਿੱਥੇ ਪਰਿਵਾਰ ਦੀ ਰਿਹਾਇਸ਼ ਸੀ ਉੱਥੇ ਸੀ, ਅਤੇ ਉੱਥੇ ਬਲਾਸਟ ਹੁੰਦਾ, ਕਿਉਂਕਿ ਦੁਕਾਨਦਾਰ ਜਦੋਂ ਕੱਪੜੇ ਦਿਖਾਉਣ ਦੇ ਲਈ ਨੀਚੇ ਜਾਂਦਾ ਤਾਂ ਪਿੱਛੇ ਪਰਿਵਾਰਕ ਮੈਂਬਰ ਉੱਪਰ ਹੀ ਹੁੰਦੇ ਨੇ ਅਤੇ ਅਚਾਨਕ ਹੀ ਬਲਾਸਟ ਹੋ ਜਾਂਦਾ। ਬਲਾਸਟ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਆਲੇ ਦੁਆਲੇ ਜੋ ਕੰਧਾਂ ਸੀਗੀਆਂ ਉਹਨਾਂ ਦੇ ਵਿੱਚ ਵੀ ਤਰੇੜਾਂ ਆ ਗਈਆਂ। ਦੂਰ ਦੂਰ ਤੋਂ ਲੋਕ ਮੌਕੇ ਦੇ ਉੱਤੇ ਭੱਜ ਕੇ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਘਰ ਦੇ ਅੰਦਰ ਅੱਗ ਲੱਗੀ ਹੁੰਦੀ ਹੈ ਅਤੇ ਪਰਿਵਾਰਕ ਮੈਂਬਰ ਇਸ ਦੇ ਵਿੱਚ ਵਾਲ ਵਾਲ ਬਚ ਜਾਂਦੇ ਨੇ। ਤਾਂ ਦੱਸ ਦਈਏ ਕਿ ਇੱਕ ਹਫ਼ਤਾ ਪਹਿਲਾਂ ਹੀ ਲਵਾਇਆ ਸੀ ਏਸੀ ਅਤੇ ਅੱਜ ਅਚਾਨਕ ਹੀ ਉਸ ਦੇ ਵਿੱਚ ਬਲਾਸਟ ਹੋ ਗਿਆ। ਇੱਕ ਹਫ਼ਤੇ ਪਹਿਲਾਂ ਹੀ ਘਰ ਦੇ ਵਿੱਚ ਚਾਵਾਂ ਦੇ ਨਾਲ ਲਿਆਂਦੇ ਇੱਕ ਏਸੀ ਦੇ ਵਿੱਚ ਬਲਾਸਟ ਹੋ ਗਿਆ, ਜਿਸ ਦੇ ਕਾਰਨ ਘਰ ਦਾ ਸਾਰਾ ਹੀ ਕੀਮਤੀ ਸਮਾਨ ਸੜ ਕੇ ਸਵਾਹ ਹੋ ਗਿਆ। ਤਾਂ ਦੱਸ ਦਈਏ ਕਿ ਇੱਕ ਵਿਅਕਤੀ ਦੇ ਵੱਲੋਂ ਇੱਕ ਹਫ਼ਤਾ ਪਹਿਲਾਂ ਹੀ ਘਰ 'ਚ ਏਸੀ ਲਗਵਾਇਆ ਗਿਆ ਸੀ, ਪਰ ਕਿਹਾ ਜਾ ਰਿਹਾ ਕਿ ਇੱਕ ਹਫ਼ਤਾ ਪਹਿਲਾਂ ਲਿਆਂਦੇ ਹੀ ਏਸੀ ਦੇ ਵਿੱਚ ਬਲਾਸਟ ਹੋ ਗਿਆ। ਹਾਲਾਂਕਿ ਬਲਾਸਟ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਪਰ ਘਰ ਦੇ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਕਿਹਾ ਜਾ ਰਿਹਾ ਕਿ ਫਰਨੀਚਰ ਦੇ ਨਾਲ ਨਾਲ ਜੋ ਅਲਮਾਰੀਆਂ ਦੇ ਵਿੱਚ ਗਹਿਣੇ ਰੱਖੇ ਹੋਏ ਸੀ ਉਹ ਵੀ ਸੜ ਕੇ ਸਵਾਹ ਹੋ ਗਏ ਨੇ। ਉੱਥੇ ਹੀ ਪਰਿਵਾਰ ਦਾ ਇੱਕ ਵੱਡਾ ਨੁਕਸਾਨ ਹੋਇਆ। ਜਿੱਥੇ ਕਿ ਇੱਕ ਘਰ ਦੇ ਵਿੱਚ ਏਸੀ 'ਚ ਬਲਾਸਟ ਹੋਇਆ, ਇੱਕ ਹਫ਼ਤਾ ਪਹਿਲਾਂ ਹੀ ਘਰ ਦੇ ਵਿੱਚ ਇਹ ਨਵਾਂ ਏਸੀ ਲਗਵਾਇਆ ਸੀ, ਜਿਸ ਨੇ ਕਿ ਘਰਦਿਆਂ ਦੀ ਸਾਰੀਆਂ ਉਮੀਦਾਂ ਦੇ ਉੱਤੇ ਹੀ ਪਾਣੀ ਫੇਰ ਦਿੱਤਾ। ਦੱਸ ਦਈਏ ਕਿ ਗਰਮੀ ਤੋਂ ਬਚਣ ਦੇ ਲਈ ਇਸ ਪਰਿਵਾਰ ਦੇ ਵੱਲੋਂ 1-1 ਰੁਪਈਆ ਜੋੜ ਕੇ ਏਸੀ ਲਿਆਂਦਾ ਸੀ, ਪਰ ਏਸੀ ਅਚਾਨਕ ਹੀ ਬਲਾਸਟ ਕਰ ਜਾਂਦਾ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਸਾਰਾ ਹੀ ਘਰ ਦੇ ਵਿੱਚ ਪਿਆ ਸਮਾਨ ਸੜ ਕੇ ਸਵਾਹ ਹੋ ਜਾਂਦਾ। ਤਾਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਜੋ ਘਰ ਦੇ ਅੰਦਰ ਪਿਆ ਸਮਾਨ ਹੈ ਸੜ ਕੇ ਸਵਾਹ ਹੋ ਗਿਆ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਇੱਕ ਵੱਡਾ ਨੁਕਸਾਨ ਹੋਇਆ। ਹਾਲਾਂਕਿ ਕਿਹਾ ਜਾ ਰਿਹਾ ਕਿ ਇਹ ਜੋ ਏਸੀ ਲੱਗਿਆ ਹੋਇਆ ਸੀ ਉਹ ਨੀਚੇ ਦੁਕਾਨ ਸੀ ਅਤੇ ਦੂਸਰੀ ਮੰਜ਼ਿਲ ਦੇ ਉੱਤੇ ਜਿੱਥੇ ਪਰਿਵਾਰ ਦੀ ਰਿਹਾਇਸ਼ ਸੀ ਉੱਥੇ ਸੀ, ਅਤੇ ਉੱਥੇ ਬਲਾਸਟ ਹੁੰਦਾ, ਕਿਉਂਕਿ ਦੁਕਾਨਦਾਰ ਜਦੋਂ ਕੱਪੜੇ ਦਿਖਾਉਣ ਦੇ ਲਈ ਨੀਚੇ ਜਾਂਦਾ ਤਾਂ ਪਿੱਛੇ ਪਰਿਵਾਰਕ ਮੈਂਬਰ ਉੱਪਰ ਹੀ ਹੁੰਦੇ ਨੇ ਅਤੇ ਅਚਾਨਕ ਹੀ ਬਲਾਸਟ ਹੋ ਜਾਂਦਾ। ਬਲਾਸਟ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਆਲੇ ਦੁਆਲੇ ਜੋ ਕੰਧਾਂ ਸੀਗੀਆਂ ਉਹਨਾਂ ਦੇ ਵਿੱਚ ਵੀ ਤਰੇੜਾਂ ਆ ਗਈਆਂ। ਦੂਰ ਦੂਰ ਤੋਂ ਲੋਕ ਮੌਕੇ ਦੇ ਉੱਤੇ ਭੱਜ ਕੇ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਘਰ ਦੇ ਅੰਦਰ ਅੱਗ ਲੱਗੀ ਹੁੰਦੀ ਹੈ ਅਤੇ ਪਰਿਵਾਰਕ ਮੈਂਬਰ ਇਸ ਦੇ ਵਿੱਚ ਵਾਲ ਵਾਲ ਬਚ ਜਾਂਦੇ ਨੇ। ਤਾਂ ਦੱਸ ਦਈਏ ਕਿ ਇੱਕ ਹਫ਼ਤਾ ਪਹਿਲਾਂ ਹੀ ਲਵਾਇਆ ਸੀ ਏਸੀ ਅਤੇ ਅੱਜ ਅਚਾਨਕ ਹੀ ਉਸ ਦੇ ਵਿੱਚ ਬਲਾਸਟ ਹੋ ਗਿਆ।
ਇੱਕ ਹਫ਼ਤੇ ਪਹਿਲਾਂ ਹੀ ਘਰ ਦੇ ਵਿੱਚ ਚਾਵਾਂ ਦੇ ਨਾਲ ਲਿਆਂਦੇ ਇੱਕ ਏਸੀ ਦੇ ਵਿੱਚ ਬਲਾਸਟ ਹੋ ਗਿਆ, ਜਿਸ ਦੇ ਕਾਰਨ ਘਰ ਦਾ ਸਾਰਾ ਹੀ ਕੀਮਤੀ ਸਮਾਨ ਸੜ ਕੇ ਸਵਾਹ ਹੋ ਗਿਆ। ਤਾਂ ਦੱਸ ਦਈਏ ਕਿ ਇੱਕ ਵਿਅਕਤੀ ਦੇ ਵੱਲੋਂ ਇੱਕ ਹਫ਼ਤਾ ਪਹਿਲਾਂ ਹੀ ਘਰ 'ਚ ਏਸੀ ਲਗਵਾਇਆ ਗਿਆ ਸੀ, ਪਰ ਕਿਹਾ ਜਾ ਰਿਹਾ ਕਿ ਇੱਕ ਹਫ਼ਤਾ ਪਹਿਲਾਂ ਲਿਆਂਦੇ ਹੀ ਏਸੀ ਦੇ ਵਿੱਚ ਬਲਾਸਟ ਹੋ ਗਿਆ। ਹਾਲਾਂਕਿ ਬਲਾਸਟ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਪਰ ਘਰ ਦੇ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਕਿਹਾ ਜਾ ਰਿਹਾ ਕਿ ਫਰਨੀਚਰ ਦੇ ਨਾਲ ਨਾਲ ਜੋ ਅਲਮਾਰੀਆਂ ਦੇ ਵਿੱਚ ਗਹਿਣੇ ਰੱਖੇ ਹੋਏ ਸੀ ਉਹ ਵੀ ਸੜ ਕੇ ਸਵਾਹ ਹੋ ਗਏ ਨੇ। ਉੱਥੇ ਹੀ ਪਰਿਵਾਰ ਦਾ ਇੱਕ ਵੱਡਾ ਨੁਕਸਾਨ ਹੋਇਆ। ਜਿੱਥੇ ਕਿ ਇੱਕ ਘਰ ਦੇ ਵਿੱਚ ਏਸੀ 'ਚ ਬਲਾਸਟ ਹੋਇਆ, ਇੱਕ ਹਫ਼ਤਾ ਪਹਿਲਾਂ ਹੀ ਘਰ ਦੇ ਵਿੱਚ ਇਹ ਨਵਾਂ ਏਸੀ ਲਗਵਾਇਆ ਸੀ, ਜਿਸਨੇ ਕਿ ਘਰਦਿਆਂ ਦੀ ਸਾਰੀਆਂ ਉਮੀਦਾਂ ਦੇ ਉੱਤੇ ਹੀ ਪਾਣੀ ਫੇਰ ਦਿੱਤਾ ਹੈ। ਦੱਸ ਦਈਏ ਕਿ ਗਰਮੀ ਤੋਂ ਬਚਣ ਦੇ ਲਈ ਇਸ ਪਰਿਵਾਰ ਦੇ ਵੱਲੋਂ 1-1 ਰੁਪਈਆ ਜੋੜ ਕੇ ਏਸੀ ਲਿਆਂਦਾ ਸੀ, ਪਰ ਏਸੀ ਅਚਾਨਕ ਹੀ ਬਲਾਸਟ ਕਰ ਜਾਂਦਾ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਸਾਰਾ ਹੀ ਘਰ ਦੇ ਵਿੱਚ ਪਿਆ ਸਮਾਨ ਸੜ ਕੇ ਸਵਾਹ ਹੋ ਜਾਂਦਾ ਹੈ। ਤਾਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਘਰ ਦੇ ਅੰਦਰ ਪਿਆ ਸਮਾਨ ਹੈ ਸੜ ਕੇ ਸਵਾਹ ਹੋ ਗਿਆ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਇੱਕ ਵੱਡਾ ਨੁਕਸਾਨ ਹੋਇਆ। ਹਾਲਾਂਕਿ ਕਿਹਾ ਜਾ ਰਿਹਾ ਕਿ ਇਹ ਜੋ ਏਸੀ ਲੱਗਿਆ ਹੋਇਆ ਸੀ ਉਹ ਨੀਚੇ ਦੁਕਾਨ ਸੀ ਅਤੇ ਦੂਸਰੀ ਮੰਜ਼ਿਲ ਦੇ ਉੱਤੇ ਜਿੱਥੇ ਪਰਿਵਾਰ ਦੀ ਰਿਹਾਇਸ਼ ਸੀ ਉੱਥੇ ਸੀ, ਅਤੇ ਉੱਥੇ ਬਲਾਸਟ ਹੁੰਦਾ, ਕਿਉਂਕਿ ਦੁਕਾਨਦਾਰ ਜਦੋਂ ਕੱਪੜੇ ਦਿਖਾਉਣ ਦੇ ਲਈ ਨੀਚੇ ਜਾਂਦਾ ਹੈ ਤਾਂ ਪਿੱਛੇ ਪਰਿਵਾਰਕ ਮੈਂਬਰ ਉੱਪਰ ਹੀ ਹੁੰਦੇ ਨੇ ਅਤੇ ਅਚਾਨਕ ਹੀ ਬਲਾਸਟ ਹੋ ਜਾਂਦਾ। ਬਲਾਸਟ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਆਲੇ ਦੁਆਲੇ ਜੋ ਕੰਧਾਂ ਸੀਗੀਆਂ ਉਹਨਾਂ ਦੇ ਵਿੱਚ ਵੀ ਤਰੇੜਾਂ ਆ ਗਈਆਂ। ਦੂਰ ਦੂਰ ਤੋਂ ਲੋਕ ਮੌਕੇ ਦੇ ਉੱਤੇ ਭੱਜ ਕੇ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਘਰ ਦੇ ਅੰਦਰ ਅੱਗ ਲੱਗੀ ਹੁੰਦੀ ਹੈ ਅਤੇ ਪਰਿਵਾਰਕ ਮੈਂਬਰ ਇਸ ਦੇ ਵਿੱਚ ਵਾਲ ਵਾਲ ਬਚ ਜਾਂਦੇ ਨੇ। ਤਾਂ ਦੱਸ ਦਈਏ ਕਿ ਇੱਕ ਹਫ਼ਤਾ ਪਹਿਲਾਂ ਹੀ ਲਵਾਇਆ ਸੀ ਏਸੀ ਅਤੇ ਅੱਜ ਅਚਾਨਕ ਹੀ ਉਸ ਦੇ ਵਿੱਚ ਬਲਾਸਟ ਹੋ ਗਿਆ।